ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਸੰਬੰਧੀ ਜਸਟਿਸ ਰਣਜੀਤ ਸਿੰਘ ਜਾਂਚ ਰਿਪੋਰਟ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਮੰਡੀ ਗੋਬਿੰਦਗੜ੍ਹ ਵਿੱਚ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ, ਮੁੱਖ ਮੰਤਰੀ ਪੰਜਾਬ ਅਮਰਿੰਦਰ ਸਿੰਘ, ਸੁਨੀਲ ਜਾਖੜ, ਸੁਖਪਾਲ ਸਿੰਘ ਖਹਿਰਾ, ਜਸਟਿਸ ਰਣਜੀਤ ਸਿੰਘ ਅਤੇ ਬਲਜੀਤ ਸਿੰਘ ਦਾਦੂਵਾਲ ਦੇ ਪੁਤਲੇ ਫੂਕ ਕੇ ਜ਼ਬਰਦਸਤ ਮੁਜ਼ਾਹਰਾ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕੀਤੀ। ਇਸ ਮੌਕੇ ਪੰਥ ਖਾਲਸਾ ਪੰਜਾਬ ਅਤੇ ਸਤਿਕਾਰ ਕਮੇਟੀ ਦੇ ਕਾਰਕੁਨਾਂ ਵੱਲੋਂ ਪ੍ਰਦਰਸ਼ਨ ਕਰ ਰਹੇ ਅਕਾਲੀ ਦਲ ਦੇ ਵਰਕਰਾਂ ਦੇ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ, ਜਿਸ ਮਗਰੋਂ ਪੁਲਿਸ ਫੋਰਸ ਨੇ ਸਤਿਕਾਰ ਕਮੇਟੀ ਦੇ ਕਾਰਕੁਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸੈਂਕੜੇ ਵਰਕਰ ਗੁਰਦੁਆਰਾ ਕੁੱਕੜ ਮਾਜਰਾ ਸਾਹਿਬ ਵਿਖੇ ਇਕੱਠੇ ਹੋਏ ਅਤੇ ਵੱਡੇ ਕਾਫਲੇ ਸਮੇਤ ਉਕਤ ਆਗੂਆਂ ਦੀ ਅਰਥੀ ਲੈ ਕੇ ਬੱਤੀਆਂ ਵਾਲੇ ਚੌਂਕ ਪਹੁੰਚੇ, ਜਿੱਥੇ ਪੁਤਲਿਆਂ ਨੂੰ ਫੂਕ ਕੇ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦਾ ਪੁਤਲਾ ਸਾੜੇ ਜਾਣ ਦੇ ਰੋਸ ਵਜੋਂ ਪੰਥ ਖਾਲਸਾ ਪੰਜਾਬ ਅਤੇ ਸਤਿਕਾਰ ਕਮੇਟੀ ਦੇ ਕਾਰਕੁਨਾਂ ਨੇ ਪ੍ਰਦਰਸ਼ਨਕਾਰੀ ਅਕਾਲੀ ਦਲ ਦੇ ਵਰਕਰਾਂ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਹਵਾ, ਜਿਸ ਦੌਰਾਨ ਵੱਡੀ ਗਿਣਤੀ ਵਿੱਚ ਤਾਇਨਾਤ ਪੁਲਿਸ ਕਰਮਚਾਰੀਆਂ ਵੱਲੋਂ ਸਤਿਕਾਰ ਕਮੇਟੀ ਦੇ ਕਾਰਕੁਨਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਗਿਆ। ਸ਼੍ਰੋਮਣੀ ਅਕਾਲੀ ਦਲ ਹਲਕਾ ਅਮਲੋਹ ਤੋਂ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਉਹ ਜਸਟਿਸ ਰਣਜੀਤ ਸਿੰਘ ਰਿਪੋਰਟ ਨੂੰ ਸਿਰੇ ਤੋਂ ਖਾਰਜ ਕਰਦੇ ਨੇ, ਕਿਉਂਕਿ ਸਾਰੀ ਰਿਪੋਰਟ ਸੁਖਪਾਲ ਸਿੰਘ ਖਹਿਰਾ ਦਾਦੂਵਾਲ ਦੇ ਘਰੇ ਬੈਠ ਕੇ ਬਣਾਈ ਗਈ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਇੱਕ ਸਾਜ਼ਿਸ਼ ਹੈ। ਅੱਜ ਜੋ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਜੀ, ਸ਼੍ਰੀ ਬਿਕਰਮ ਸਿੰਘ ਜੀ ਦੀ ਅਗਵਾਈ ਦੇ ਵਿੱਚ ਜੋ ਸਾਰੇ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਦੇ, ਰਾਹੁਲ ਗਾਂਧੀ ਦੇ, ਸੁਨੀਲ ਜਾਖੜ ਦੇ, ਸੁਖਪਾਲ ਖਹਿਰੇ ਦੇ, ਦਾਦੂਵਾਲ ਦੇ, ਜਸਟਿਸ ਰਣਜੀਤ ਸਿੰਘ ਕੀਤੇ ਦੇ ਪੁੱਲੇ ਫੁੱਕੇ ਜਾ ਰਹੇ ਨੇ, ਕਿਉਂਕਿ ਇਹਨਾਂ ਨੇ ਇਕੱਠੇ ਹੋ ਕੇ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਪੰਥ ਨੂੰ ਪਾੜਨ ਦੀ ਨੀਤੀ ਨਾਲ ਜੋ ਇਹ ਘਰੇ ਬੈਠ ਕੇ ਸੀਐਮ ਹਾਊਸ ਬੈਠ ਕੇ ਰਿਪੋਰਟ ਤਿਆਰ ਕੀਤੀ ਆ ਜਸਟਿਸ ਰਣਜੀਤ ਸਿੰਘ ਦੀ, ਤਾਂ ਮੈਂ ਸਮਝਦਾ ਕਿ ਇਹ ਪੰਜਾਬ ਦੇ ਵਿੱਚ ਬਹੁਤ ਵੱਡਾ ਰੋਸ ਹੋ ਰਿਹਾ ਕਿ ਇਹ ਰਿਪੋਰਟ ਸੁਖਪਾਲ ਖਹਿਰੇ ਦੇ ਘਰੇ ਬੈਠ ਕੇ ਉਹਦੇ ਰਿਸ਼ਤੇਦਾਰ ਨੇ, ਉਹਦੇ ਤ੍ਰਿਪਤ ਬਾਜਵੇ ਦੇ ਘਰੇ, ਸੁਖ ਸਰਕਾਰੀਏ ਦੇ ਘਰੇ, ਕੈਪਟਨ ਅਮਰਿੰਦਰ ਦੇ ਘਰੇ, ਦਾਦੂਵਾਲ ਹੋਰੀ ਬੈਠ ਕੇ ਰਿਪੋਰਟਾਂ ਬਣਾ ਰਹੇ ਨੇ। ਸੋ ਇਹ ਰਿਪੋਰਟ ਨੂੰ ਸਿਰ ਤੋਂ ਖਾਰਜ ਕਰਦੇ ਹਾਂ ਅਤੇ ਸ਼੍ਰੋਮਣੀ ਅਕਾਲੀ ਦਲ ਪੰਥ ਪਾਰਟੀ ਆ, ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਪਾਰਟੀ ਆ, ਅਤੇ ਅਸੀਂ ਇਸ ਗੱਲ 'ਤੇ ਡਟ ਕੇ ਪਹਿਰਾ ਦੇਵਾਂਗੇ। ਜਿਹੜੀ ਰਿਪੋਰਟ ਆ ਇਹਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਇਸ ਗੱਲ ਦੀ ਕੜ ਨਿਕਲ ਦੀ ਕਰਦੇ ਪਾਰਟੀ ਹਾਈ ਪ੍ਰਧਾਨ ਸਾਹਿਬ ਦਾ ਪਰਸੋਂ ਮੀਟਿੰਗ ਦਿੱਤੀ ਸੀ, ਸਾਰੇ ਪੰਜਾਬ ਦੇ ਵਿੱਚ ਪੁੱਲੇ ਫੁੱਕੇ ਜਾ ਰਹੇ ਨੇ ਪ੍ਰਸਟੈਸ ਵੱਲੋਂ, ਅਸੀਂ ਸ਼ਾਂਤਮਈ ਢੰਗ ਨਾਲ ਰੋਸਮਈ ਮੁਜ਼ਾਹਰਾ ਕਰ ਰਹੇ ਹਾਂ। ਸੋ ਇਹ ਮੁਜ਼ਾਹਰੇ ਨੂੰ ਅਸੀਂ ਤੁਹਾਡੇ ਮਾਧਿਅਮ ਰਾਹੀਂ ਦਿਖਾਉਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕਾਂ 'ਚ ਕਿੰਨਾ ਰੋਸ ਆ, ਸ਼੍ਰੋਮਣੀ ਅਕਾਲੀ ਦਲ ਇੱਕਜੁੱਟ ਆ, ਸਮਾਰੇ ਸਮੁੱਚੇ ਲੋਕ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਸੁਖਬੀਰ ਸਿੰਘ ਬਾਦਲ ਦੇ ਯਕੀਨ ਕਰਦੇ ਨੇ। ਫਤਿਹਗੜ੍ਹ ਸਾਹਿਬ ਤੋਂ ਦੀਪਕ ਸੂਦ ਦੀ ਰਿਪੋਰਟ, ਏਟੀਵੀ ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।